ਹਾਲ ਹੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਛੱਡਣ ਵਾਲੀ ਬੀਜੇਪੀ ਦੀ ਸੂਬਾਈ ਪੱਧਰ ਦੇ ਉੱਤੇ ਮਹਿਲਾ ਵਿੰਗ ਦੀ ਪ੍ਰਧਾਨ ਆਰਤੀ ਰਾਜਪੂਤ ਉਰਫ ਆਰਤੀ ਰਵਿਦਾਸੀ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਨੇ। ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਆ, ਬਾਦਲਾਂ ਦਾ ਪੱਲਾ ਫੜ ਲਿਆ ਆ। ਪਰ ਹੈਰਾਨੀ ਦੀ ਗੱਲ ਇੱਥੇ ਆਉਂਦੀ ਹੈ, ਜਿਹੜੇ ਆਰਤੀ ਯਾਦਵ ਭਾਜਪਾ ਦੇ ਵਿੱਚ ਰਹੇ ਨੇ, ਭਾਜਪਾ ਦੀ ਵਿਚਾਰਧਾਰਾ ਮੰਨਣ ਵਾਲੇ ਨੇ, ਉਹਨਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ। ਹਾਲ ਹੀ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਖੈਰ, ਹਾਲ ਹੀ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਰਵਨੀਤ ਸਿੰਘ ਬਿੱਟੂ ਉੱਤੇ ਤੰਜ ਕੱਸ ਰਹੇ ਸੀ ਕਿ ਉਹ ਦਲ ਬਦਲੂ ਨੇ, ਉਹ ਇੱਧਰੋਂ ਉੱਧਰ ਅਤੇ ਉੱਧਰੋਂ ਇੱਧਰ ਜਾਂਦੇ ਨੇ। ਪਰ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਉਹਨਾਂ ਦਲ ਬਦਲੂਆਂ ਨੂੰ ਹੀ ਆਪਣੀ ਪਾਰਟੀ ਦੇ ਵਿੱਚ ਲੈ ਰਿਹਾ ਹੈ। ਉਹੀ ਦਲ ਬਦਲੂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸ਼ਾਮਿਲ ਹੋ ਰਹੇ ਨੇ, ਜਿਹੜੇ ਦਲ ਬਦਲੂ ਬਾਕੀ ਪਾਰਟੀਆਂ ਛੱਡ ਕੇ ਆਏ ਨੇ, ਕਿ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਅਤੇ ਉਹਨਾਂ ਨੂੰ ਵਾੜਿਆ ਜਾ ਰਿਹਾ। ਇਹ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੱਡਾ ਸਵਾਲੀਆ ਨਿਸ਼ਾਨ ਹੈ। ਇਹ ਸਵਾਲੀਆ ਨਿਸ਼ਾਨ ਉਸ ਵੇਲੇ ਵੀ ਖੜ੍ਹਾ ਸੀ ਜਦੋਂ DHO ਲਖਵੀਰ ਸਿੰਘ ਨੂੰ ਅਪਣਾਇਆ ਗਿਆ ਸੀ। ਉਹ DHO ਲਖਵੀਰ ਸਿੰਘ ਜਿਹੜੇ ਆਮ ਆਦਮੀ ਪਾਰਟੀ ਵਿੱਚ ਜਾਣ ਲਈ ਤਿਆਰ ਪਰ ਤਿਆਰ ਸਨ, ਜਿਹੜੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਲਈ ਤਿਆਰ ਸਨ, ਉਹਨਾਂ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਅਪਣਾ ਲਿਆ, ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਅਸਲੀਅਤ ਸ਼ਾਇਦ ਸਾਹਮਣੇ ਆ ਚੁੱਕੀ ਸੀ। ਔਰ ਉਸ ਤੋਂ ਬਾਅਦ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਦੇ ਇਸ ਲੀਡਰ ਨੂੰ, ਇਸ ਸਾਬਕਾ ਲੀਡਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਪਣਾ ਲਿਆ ਜਾਂਦਾ, ਉਸ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ। ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ, ਸਗੋਂ ਆਰਤੀ ਰਾਜਪੂਤ ਉੱਤੇ ਵੀ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਜ਼ਰੂਰ ਫੜਿਆ ਆ, ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਹੈ, ਪਰ ਇੱਕ ਇਹੋ ਜਿਹੇ ਲੀਡਰ, ਇੱਕ ਇਹੋ ਜਿਹੇ ਅਹੁਦੇਦਾਰ ਜਿਹੜੇ BJP ਦੇ ਵਿੱਚ ਰਹੇ ਨੇ, BJP ਦੇ ਵਿੱਚ ਆਪਣਾ ਕੰਮ ਕੀਤਾ ਆ, ਆਪਣਾ ਕਾਰਜਕਾਲ BJP 'ਚ ਲੰਘਾਇਆ ਆ, ਔਰ ਉਸੇ ਪਾਰਟੀ ਦੇ ਨਾਲ ਰਲੇ ਰਹੇ ਨੇ, ਉਹ ਕਿਸ ਤਰ੍ਹਾਂ ਇੱਕ ਪੰਥਕ ਪਾਰਟੀ ਦਾ ਹਿੱਸਾ ਬਣ ਸਕਦੇ ਨੇ, ਕਿਸ ਤਰ੍ਹਾਂ ਇੱਕ ਪੰਥਕ ਪਾਰਟੀ ਦੀ ਵਿਚਾਰਧਾਰਾ ਨੂੰ ਅਪਣਾ ਸਕਦੇ ਨੇ, ਇਹ ਵੀ ਸਵਾਲ ਖੜ੍ਹੇ ਹੁੰਦੇ ਨੇ। ਦੂਜੀ ਗੱਲ ਇਹ ਹੈ, ਹੁਣ ਕਈ ਕਿਆਸਰਾਈਆਂ ਇਹ ਵੀ ਲੱਗ ਰਹੀਆਂ ਨੇ ਕਿ BJP ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਆਏ ਨੇ। ਇਹ ਕੋਈ ਬੜਾ ਵੱਡਾ ਫਰਕ ਨਹੀਂ ਹੈ, ਕਿਉਂਕਿ ਦੋਵੇਂ ਪਾਰਟੀਆਂ ਇੱਕ ਲੈਵਲ ਦੇ ਉੱਤੇ ਆ ਕੇ ਸੇਮ ਹੀ ਦੱਸੀਆਂ ਜਾ ਰਹੀਆਂ, ਇੱਕ ਮਾਤਰ ਹੀ ਦੱਸੀਆਂ ਜਾ ਰਹੀਆਂ ਨੇ। ਜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸ਼ਾਮਿਲ ਨੇ ਤਾਂ ਕਿਹਾ ਜਾ ਰਿਹਾ ਕਿ ਉਹ BJP ਦੇ ਸਮੀਪ ਹੀ ਹੈ। ਦੋਵੇਂ ਪਾਰਟੀਆਂ ਦੇ ਵਿੱਚ ਗੱਠਜੋੜ ਦੀ ਚਰਚਾ ਸੀ, ਇਹ ਵੀ ਖੁਲਾਸਾ ਦੱਸਦੀ ਹੈ ਕਿ ਆਖਿਰਕਾਰ ਇਸ ਤਰ੍ਹਾਂ ਕਿਉਂ ਕਿਹਾ ਜਾ ਰਿਹਾ। ਦੋਵੇਂ ਪਾਰਟੀਆਂ ਦੇ ਵਿੱਚ ਗੱਠਜੋੜ ਦੀ ਚਰਚਾ ਸੀ, ਅਜੇ ਵੀ ਉਹ ਚਰਚਾ ਉਸੇ ਤਰ੍ਹਾਂ ਆ, ਭਾਵੇਂ ਪਾਰਟੀਆਂ ਹੁਣ ਇੱਕ ਦੂਸਰੇ ਉੱਤੇ ਦੂਸ਼ਣ ਲਾਉਣ ਲੱਗ ਗਈਆਂ ਨੇ, ਭਾਵੇਂ ਬਿਕਰਮ ਸਿੰਘ ਮਜੀਠੀਆ ਸਟੇਜਾਂ ਤੋਂ 400 ਪਾਰ ਦੇ ਨਾਰੇ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ, ਪਰ ਅੰਦਰ ਖਾਤੇ ਹੁਣ ਇਹ ਕਿਆਸਰਾਈਆਂ ਜ਼ਰੂਰ ਨੇ ਕਿ ਭਾਵੇਂ ਜਿੰਨਾ ਮਰਜ਼ੀ ਵਿਰੋਧ ਕਰ ਲੈਣ, ਇਹ ਇੱਕ ਦੂਸਰੇ ਨੂੰ ਜਿਤਾਉਣ ਦਾ ਯਤਨ ਜ਼ਰੂਰ ਕਰਨਗੇ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਹ ਇਲਜ਼ਾਮ ਨੇ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਵਾਸਤੇ ਕੋਈ ਕਮਜ਼ੋਰ ਕੈਂਡੀਡੇਟ ਵੱਖ ਵੱਖ ਥਾਵਾਂ ਤੋਂ ਖਿਲਾਰ ਸਕਦੀ ਹੈ, ਜਿਵੇਂ ਕਿ ਚਰਚਾਵਾਂ ਚੱਲਦੀਆਂ ਪਈਆਂ ਸੀ। ਔਰ ਦੂਜੇ ਪਾਸੇ BJP ਵੀ ਇਸੇ ਤਰ੍ਹਾਂ ਕਰ ਸਕਦੀ ਹੈ। BJP ਨੂੰ ਲੈ ਕੇ ਚਰਚਾ ਉਦੋਂ ਇਸ ਤਰ੍ਹਾਂ ਦੀ ਵਧੀ ਸੀ ਜਦੋਂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਉਤਾਰਨ ਦੀ ਬਾਤ ਸਾਹਮਣੇ ਆਈ ਸੀ। ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਗੱਲ ਸਾਹਮਣੇ ਆਈ ਸੀ। ਖੈਰ, ਇਹ ਮਸਲਿਆਂ ਨੂੰ ਲੈ ਕੇ ਫਿਲਹਾਲ ਜੇ ਆਰਤੀ ਰਾਜਪੂਤ ਦੀ ਗੱਲ ਕਰੀਏ ਤਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਆ, ਔਰ ਆਉਣ ਸਾਰ ਹੀ ਸਤਿ ਸ਼੍ਰੀ ਅਕਾਲ ਕਹਿ ਕੇ ਅਤੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਹੈ। ਉਸ ਭਾਸ਼ਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਉੱਤੇ ਖਤਮ ਕਰ ਦਿੱਤਾ ਗਿਆ। ਪਰ ਕੀ ਇਸ ਬਦਲ ਦੇ ਨਾਲ ਪੰਜਾਬ ਦੇ ਲੋਕ ਆਰਤੀ ਰਾਜਪੂਤ ਨੂੰ ਐਕਸੈਪਟ ਕਰਨਗੇ? ਔਰ ਦੂਸਰਾ ਵੱਡਾ ਸਵਾਲ, ਕੀ BJP ਦੇ ਵੱਲੋਂ ਟਿਕਟ ਨਾ ਦਿੱਤੀ ਗਈ, ਜਿਵੇਂ ਕਿ ਉਹਨਾਂ ਦਾ ਕਹਿਣਾ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਤੋਂ ਖਫਾ ਹੋ ਕੇ ਉਹਨਾਂ ਦੇ ਪਾਰਟੀ ਵਿੱਚ ਆਉਣ ਅਤੇ ਉਹਨਾਂ ਨੂੰ ਅਹੁਦੇ ਦੇਣ ਤੋਂ, ਉਹਨਾਂ ਨੂੰ ਸੀਟਾਂ ਦੇਣ ਤੋਂ ਖਫਾ ਹੋ ਕੇ ਆਰਤੀ ਰਾਜਪੂਤ ਨੇ ਇਹ ਅਹੁਦਾ ਛੱਡਿਆ ਸੀ, BJP ਪਾਰਟੀ ਛੱਡੀ ਸੀ?
ਪਰ ਕੀ ਹੁਣ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਜਾ ਕੇ ਸੀਟ ਮਿਲ ਜਾਵੇਗੀ? ਵੱਡਾ ਸਵਾਲ ਇਹ ਖੜਦਾ, ਕਿਉਂਕਿ ਜਦੋਂ ਆਰਤੀ ਰਾਜਪੂਤ ਨਾਲ ਗੱਲ ਵੀ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਆਪਣਾ ਨਾਮ ਸਾਹਮਣੇ ਰੱਖਿਆ ਸੀ ਕਿ ਐਮ ਪੀ ਦੀ ਸੀਟ ਲਈ ਉਹਨਾਂ ਨੂੰ ਵੀ ਚੁਣਨਾ ਚਾਹੀਦਾ ਆ, ਉਹਨਾਂ ਨੂੰ ਚੁਣਿਆ ਜਾ ਸਕਦਾ ਆ। ਪਰ ਭਾਜਪਾ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰੀ ਦੇ ਦਿੱਤੀ ਔਰ ਇਸ ਤੋਂ ਖਫਾ ਹੋ ਕੇ ਆਰਤੀ ਰਾਜਪੂਤ ਜਿਹੜੇ ਨੇ ਉਹ ਪਾਰਟੀ ਛੱਡ ਜਾਂਦੇ ਨੇ। ਪਰ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਆਰਤੀ ਰਾਜਪੂਤ ਨੂੰ ਸੀਟ ਦੇ ਦੇਣਗੇ? ਹਾਲਾਂਕਿ ਜਲੰਧਰ ਸੀਟ ਜ਼ਰੂਰ ਐਸਸੀ ਸੀਟ ਮੰਨੀ ਜਾਂਦੀ ਹੈ, ਇਸ ਸੀਟ ਦੇ ਉੱਤੇ ਐਸਸੀ ਦਬਦਬਾ ਜ਼ਰੂਰ ਹੈਗਾ, ਔਰ ਦੂਜੇ ਪਾਸੇ ਆਰਤੀ ਰਾਜਪੂਤ ਦੇ ਆਉਣ ਦੇ ਨਾਲ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਵੀ ਇੱਕ ਰਾਹ ਪੱਧਰਾ ਹੋ ਗਿਆ ਆ, ਇਹ ਆਪਣੇ ਆਪ 'ਚ ਸਵਾਲ ਨੇ। ਪਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲ ਬੜੇ ਖੜ੍ਹੇ ਹੋ ਰਹੇ ਨੇ ਕਿ ਜੇ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵੀ ਜੁਆਇਨ ਕਰ ਲਈ ਤਾਂ ਇਹ ਦੋਵੇਂ ਪਾਰਟੀਆਂ ਇੱਕੋ ਮਿੱਕ ਨੇ, ਅਤੇ ਇਹਨਾਂ ਦੇ ਵਿੱਚ ਇੱਧਰ ਹੋਵੇ ਜਾਂ ਕੋਈ ਇੱਧਰ ਹੋਵੇ ਕੋਈ ਫਰਕ ਨਹੀਂ ਪੈਂਦਾ, ਇਹ ਲੋਕ ਕਹਿੰਦੇ ਨਜ਼ਰ ਆ ਰਹੇ ਨੇ। ਸਿਕੰਦਰ ਸਿੰਘ ਮਲੂਕਾ ਵਾਲੀ ਗੱਲ ਸਾਹਮਣੇ ਰੱਖਦੇ ਨਜ਼ਰ ਆ ਰਹੇ ਨੇ ਕਿ ਕਹਿੰਦੇ ਸਿਕੰਦਰ ਸਿੰਘ ਮਲੂਕਾ ਦਾ ਸਾਰਾ ਪਰਿਵਾਰ ਵੀ ਜੇ ਭਾਜਪਾ ਦੇ ਵਿੱਚ ਜਾ ਵੜਦਾ ਤਾਂ ਵੀ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਨਹੀਂ ਹੋ ਸਕਦਾ। ਇਸੇ ਚਰਚਾਵਾਂ ਦੇ ਵਿੱਚ ਹੁਣ ਆਰਤੀ ਰਾਜਪੂਤ ਵੀ ਆ ਰਹੇ ਨੇ ਕਿ ਜੇ ਉਹ ਭਾਜਪਾ ਛੱਡ ਕੇ ਅਕਾਲੀ ਦਲ ਦੇ ਵਿੱਚ ਵੀ ਚਲੇ ਗਏ, ਭਾਵੇਂ ਉਹ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਆਪਣੇ ਭਾਸ਼ਣ ਸਮਾਪਤ ਕਰਨ ਲੱਗੇ ਨੇ ਹੁਣ, ਤਾਂ ਵੀ ਉਹਨਾਂ ਨੂੰ ਭਾਜਪਾ ਦੇ ਨਾਲ ਤਾਲੁਕ ਰੱਖਣ ਤੋਂ ਕੋਈ ਨਹੀਂ ਰੋਕ ਸਕਦਾ। ਜ਼ਰੂਰ ਦੋਵੇਂ ਪਾਰਟੀਆਂ ਦੇ ਉੱਤੇ ਇਲਜ਼ਾਮ ਨੇ ਕਿ ਇੱਕ ਦੂਸਰੇ ਨਾਲ ਆਪਸੀ ਸਾਂਠਗਾਂਠ ਹੈਗੀ ਆ, ਅਤੇ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਅੰਦਰ ਇੱਕ ਦੂਸਰੇ ਦੀ ਮਦਦ ਵੀ ਕਰ ਸਕਦੀਆਂ ਨੇ ਪਾਰਟੀਆਂ, ਔਰ ਆਰਤੀ ਰਾਜਪੂਤ ਦਾ ਅਕਾਲੀ ਦਲ ਵਿੱਚ ਹੀ ਸ਼ਾਮਿਲ ਹੋਣਾ ਇਸ ਗੱਲ ਨੂੰ ਸਾਫ਼ ਜ਼ਾਹਿਰ ਕਰਦਾ ਹੈ ਕਿ ਬਾਕੀ ਪਾਰਟੀਆਂ ਨਾਲੋਂ ਆਰਤੀ ਰਾਜਪੂਤ ਨੇ ਅਕਾਲੀ ਦਲ ਨੂੰ ਚੁਣਿਆ, ਕਿਉਂਕਿ ਅਕਾਲੀ ਦਲ ਸ਼ਾਇਦ ਬੀਜੇਪੀ ਦੇ ਜ਼ਿਆਦਾ ਕਰੀਬ ਹੈ। ਆਪਣੇ ਭਾਸ਼ਣ ਦੇ ਵਿੱਚ ਆਰਤੀ ਰਾਜਪੂਤ ਕਹਿੰਦੇ ਨੇ ਕਿ ਉਹਨਾਂ ਦੀ ਪਾਰਟੀ ਨੇ, ਯਾਨੀ ਕਿ ਬੀਜੇਪੀ ਨੇ, ਜਿਹਨਾਂ ਜਿਹੜੀ ਉਹਨਾਂ ਦੀ ਪੁਰਾਣੀ ਪਾਰਟੀ ਸੀ, ਉਹਨਾਂ ਨੇ ਆਰਤੀ ਰਾਜਪੂਤ ਦੀ ਵਕਤ ਨਹੀਂ ਪਾਈ। ਪਰ ਸਵਾਲ ਇਹ ਖੜਦਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਲੀਡਰਾਂ ਦੀ ਵਕਤ ਪਾਈ ਹੈ? ਜੇ ਪਾਈ ਹੁੰਦੀ ਤਾਂ ਫਿਰ ਬੀਬੀ ਜਗੀਰ ਕੌਰ ਕਿਉਂ ਪਾਰਟੀ 'ਚੋਂ ਬਾਹਰ ਜਾਂਦੇ, ਕਿਉਂ ਬੀਬੀ ਜਗੀਰ ਕੌਰ ਨੂੰ ਕੱਢਿਆ ਜਾਂਦਾ, ਔਰ ਕਿਉਂ ਇੰਨੀ ਦੇਰ ਤੱਕ ਉਹ ਪਾਰਟੀ ਤੋਂ ਬਾਹਰ ਰਹਿ ਕੇ ਕਾਰਜਕਾਲ ਆਪਣਾ ਬਿਤਾਉਂਦੇ, ਆਪਣਾ ਕੰਮ ਕਰਦੇ, ਔਰ ਉਸ ਤੋਂ ਬਾਅਦ ਹੁਣ ਭਾਵੇਂ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਆ, ਪਰ ਕਿਉਂ ਫਿਰ ਇਹੋ ਜਿਹਾ ਸਟੈਪ ਚੁੱਕਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੇ ਆਪਣੇ ਲੀਡਰਾਂ ਦੀ ਵਕਤ ਪਾਉਂਦੀ ਹੈ ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਨੇ ਹੁਣ ਤੱਕ ਇੰਨੇ ਕੰਮ ਕੀਤੇ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਤਾ, ਜਾਂ ਫਿਰ ਕਈ ਤਾਂ ਆਪ ਹੀ ਛੱਡ ਗਏ? ਇਹ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਨੇ, ਔਰ ਜੇ ਵਕਤ ਹੀ ਲੱਭ ਰਹੇ ਨੇ ਆਰਤੀ ਰਾਜਪੂਤ ਤਾਂ ਫਿਰ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਗਲਤ ਪਾਰਟੀ ਅਖਤਿਆਰ ਕਰ ਲਈ ਹੈ। ਖੈਰ ਕਾਰਨ ਜੋ ਮਰਜ਼ੀ ਹੋਵੇ, ਉਹ ਆਉਂਦੇ ਸਮੇਂ ਦੇ ਵਿੱਚ ਪੁੱਛਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਉਹਨਾਂ ਨੂੰ। ਔਰ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ। ਸਤਿ ਸ਼੍ਰੀ ਅਕਾਲ, ਮੈਂ ਆਰਤੀ ਰਾਜਪੂਤ, ਜਲੰਧਰ ਦੀ ਨਿਵਾਸੀ ਹਾਂ, ਅਤੇ ਕੁਛ ਦਿਨ ਪਹਿਲੇ ਮੈਂ ਭਾਰਤੀ ਜਨਤਾ ਪਾਰਟੀ ਦੀ ਆਪਣੀ ਸਾਰੀ ਜ਼ਿੰਮੇਵਾਰੀਆਂ ਤੋਂ ਮੈਂ ਅਸਤੀਫਾ ਦਿੱਤਾ ਸੀ। ਮੈਂ ਭਾਰਤੀ ਜਨਤਾ ਪਾਰਟੀ ਸ਼ਹਿਰੀ ਦੀ ਮਹਿਲਾ ਮੋਰਚਾ ਦੀ ਅਧਿਅਕਸ਼ ਰਹੀ ਹਾਂ, ਅਤੇ ਅਸਤੀਫਾ ਦੇਣ ਦਾ ਕਾਰਨ ਪੂਰੇ ਪੰਜਾਬ ਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਕਾਰਜਕਰਤਾ ਦੀ ਦੁੱਖਤ ਨਹੀਂ ਪਾਉਂਦੀ ਹੈ। ਅੱਜ ਮੈਂ ਕਹਾਂਗੀ ਕਿ ਮੇਰਾ ਸੌਭਾਗਯ ਹੈ ਕਿ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਦਾ ਹਿੱਸਾ ਬਣੀ ਹਾਂ, ਅਤੇ ਮੈਂ ਧੰਨਵਾਦ ਦੇਣਾ ਚਾਹਾਂਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਨੂੰ ਕਿ ਉਹਨਾਂ ਨੇ ਮੈਨੂੰ ਆਪਣੇ ਪਰਿਵਾਰ ਦੇ ਵਿੱਚ ਸ਼ਾਮਿਲ ਕੀਤਾ, ਅਤੇ ਮੈਂ ਇਹ ਅੱਜ ਪ੍ਰਣ ਲੈਂਦੀ ਹਾਂ ਕਿ ਪੰਜਾਬ ਲਈ ਆਪਾਂ ਦਿਨ ਰਾਤ ਇੱਕ ਕਰ ਦੇਣਾ ਹੈ, ਜਲੰਧਰ ਲਈ ਆਪਾਂ ਦਿਨ ਰਾਤ ਇੱਕ ਕਰ ਦੇਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। Subscribe to One India channel and never miss an update.